ਤਹਿਸੀਲ ਰਾਜਪੁਰਾ ਦੇ ਪਿੰਡ ਖੇੜੀ ਗੰਡੇ ਦਾ ਉਹ ਮਾਮਲਾ ਤਾਂ ਤੁਸੀਂ ਸੁਣਿਆ ਹੀ ਹੋਣਾ, ਜਿਸ 'ਚ ਦੋ ਸਕੇ ਭਰਾ ਰਾਤ ਨੂੰ ਘਰ ਤੋਂ ਬਾਹਰ ਕੋਲਡ ਡਰਿੰਕ ਲੈਣ ਜਾਂਦੇ ਨੇ ਅਤੇ ਕੁਝ ਦਿਨ ਬਾਅਦ ਉਹਨਾਂ ਦੀਆਂ ਲਾਸ਼ਾਂ ਪਿੰਡ ਦੀ ਨਹਿਰ 'ਚੋਂ ਮਿਲਦੀਆਂ ਨੇ। ਅਤੇ ਵੱਡੀ ਖਬਰ ਜੋ ਇਸ ਮਾਮਲੇ ਨਾਲ ਜੁੜੀ ਹੋਈ ਆ ਰਹੀ ਹੈ ਕਿ ਬੱਚਿਆਂ ਦੀ ਮਾਂ ਘਰ ਤੋਂ ਫਰਾਰ ਹੋ ਚੁੱਕੀ ਹੈ। ਦਰਅਸਲ ਪਟਿਆਲਾ ਪੁਲਿਸ ਨੇ ਅਦਾਲਤ ਤੋਂ ਮਨਜ਼ੂਰੀ ਲਈ ਹੋਈ ਹੈ ਕਿ ਪਰਿਵਾਰ ਦਾ ਝੂਠ ਫੜੂ ਟੈਸਟ ਭਾਵ ਲਾਈਵ ਡਿਟੈਕਟਰ ਟੈਸਟ ਹੋਵੇਗਾ। ਅਤੇ ਬੱਚਿਆਂ ਦੇ ਪਿਤਾ ਦੀਦਾਰ ਸਿੰਘ ਨੇ ਪੰਜਾਬੀ ਟੀਵੀ ਨਾਲ ਗੱਲਬਾਤ ਕੀਤੀ ਅਤੇ ਦਰਦ ਦੀ ਦਾਸਤਾਨ ਬਿਆਨ ਕੀਤੀ ਕਿ ਆਖਰ ਕਾਰਨ ਕੀ ਸੀ, ਬੱਚਿਆਂ ਦੀ ਮਾਤਾ ਘਰ ਤੋਂ ਕਿਉਂ ਚਲੀ ਗਈ। ਸੋ ਗੌਰ ਨਾਲ ਵੇਖੋ ਪੂਰੀ ਵੀਡੀਓ। 15 ਤਰੀਕ ਨੂੰ ਗਈ ਹੈ ਮੇਰੇ ਤੋਂ, ਮਤਲਬ 10 ਕੁ ਵਜੇ ਕਰੀ ਵੀ ਮੈਂ ਨਹੀਂ ਜਾਂਦੀ ਇੱਥੇ ਜਦ ਤੱਕ ਤੁਸੀਂ ਮਤਲਬ ਕੇਸ ਨੂੰ ਬੰਦ ਕਰਾਉਂਦੇ। ਕਿਆ ਪਤਾ ਕਿਆ ਮਨ ਚ ਇਸ ਕੇ ਕਰੇ, ਤੂੰ ਉਹਦੇ ਮਾਸੀ ਦੇ ਮੁੰਡੇ ਦੇ ਨਾਲ ਮਿਲ ਗਿਆ ਤੂੰ ਮੈਨੂੰ ਕਹਾ ਵੀ ਕਾਰਵਾਈ ਹੈ ਪੁਲਿਸ ਵਾਲਿਆਂ ਦੀ, ਮੈਂ ਇਸ ਚ ਕੀ ਕਰ ਸਕਦਾ ਜੀ ਦੱਸੋ। ਜਦ ਆਪਾਂ ਚੋਰ ਨੀ ਆਪਾਂ ਨੂੰ ਡਰਨੇ ਦਾ ਕੋਈ ਲੋੜ ਹੀ ਨੀ ਹੈਗੀ। ਤੇ ਹੁਣ ਪਤਾ ਨੀ 15 ਤਰੀਕ ਦੀ ਘਰ ਤੋਂ ਗਈ ਹੈ, ਕਿੱਥੇ ਗਈ ਹੈ ਕਿੱਥੇ ਨਹੀਂ, ਰਿਸ਼ਤੇਦਾਰੀ ਚ ਨਹੀਂ ਹੈਗੀ। ਮੁੰਡੇ ਨਾਲ ਹੋਣੇ ਲਿੰਕ ਹੋਣੇ ਹੀ ਉਹਦੇ ਫੋਨ ਡਿਟੇਲਾਂ ਨਿਕਲੀਆਂ ਨੀ ਉਹਦੀਆਂ, ਇਹ ਤਾਂ ਪੁਲਿਸ ਵਾਲੇ ਦੱਸ ਨੀ ਗਏ ਨੇ। ਲਾਈਫ ਟੈਸਟ ਜੇ ਹੋਣਾ ਤਾਂ ਨਾ ਦੱਸ ਨੀ ਗਏ ਪੁਲਿਸ ਵਾਲੇ। 3 ਮਹੀਨੇ ਹੋ ਗਏ ਜੀ ਕੋਰਟ ਤੋਂ ਮਨਜ਼ੂਰੀ ਵੀ ਮਿਲ ਗਈ, ਜਾਂ ਪਤਾ ਪੁਲਿਸ ਵਾਲੇ ਨੇ ਪੈਸੇ ਖਾ ਲਏ ਕਿਆ ਕਰੇ। ਇਹਦੀ ਕਾਰਵਾਈ ਨੀ ਨਾ ਕਰ ਰਹੇ ਕੋਈ ਵੀ, ਸਾਨੂੰ ਨਾਮ ਵੀ ਦੇ ਦੇਣ ਤੁਸੀਂ ਉਸਨੂੰ ਚੱਕੋ। ਪਤਾ ਕਿਆ ਸੀ ਮੇਰੇ ਤੋਂ ਤਾਂ ਕਈ ਦਿਨ ਹੋ ਗਏ ਲਾਟਰੀ ਤੀ ਮੇਰੇ ਨਾਲ, ਮੈਂ ਨਿਆਏ ਸੀ ਜਾ ਕੇ ਸੰਕਲ ਕੋਈ ਖਾਣੇ ਪੀਣੇ ਦੀ ਨਹੀਂ ਕੋਈ ਚਿੰਤਾ ਜੀ ਕੋਈ, ਮਤਲਬ ਮੈਨੂੰ ਇਹੋ ਜਿਹੀ ਗੱਲ ਵੀ ਨੀ ਕਰੀ ਕੋਈ ਵੀ। ਮੇਰੀ ਮਾਸੀ ਵੀ ਆਪਣੇ ਉਸਦਾ ਚਾਚੇ ਦੀ ਕੁੜੀ ਦਾ ਵਿਆਹ ਦਾ, ਮੈਨੂੰ ਕਿਹਾ ਵੀ ਨੀ ਕਰ ਆਪਣੇ ਤੋਂ ਕੱਪੜੇ ਕੁਪੜੇ ਲੈ ਆ ਜਾ ਕੇ, ਵੀ ਪੈਸੇ ਲੈ ਜਾ 2-3 ਹਜ਼ਾਰ ਰੁਪਏ ਲੈ ਜਾ ਕੇ ਕੱਪੜੇ ਲਿਆ। ਕਹਿ ਵੀ ਮੈਂ ਨੀ ਕੀਤੀ ਗੱਲ ਮੇਰੇ ਨਾਲ ਵਰਤਣਾ। ਚਲੋ ਮੇਰੇ ਤੇ ਗੁੱਸੇ ਨੇ ਕਿਹਾ ਹੋ ਗਿਆ ਮਨ ਨੂੰ ਕਰ ਫਿਰ ਆਪਣੇ ਘਰਾਂ ਜਾ ਤੂੰ, ਵੀ ਉਹਦਾ ਤਾਂ ਰਿਸ਼ਤੇਦਾਰ ਵੀ ਆਉਂਦੇ ਤੇ ਉਹਨਾਂ ਨਾਲ ਬੋਲੇਗੀ ਨੀ ਫਿਰ ਚੰਗਾ ਲੱਗਦਾ ਇਸ ਤਰ੍ਹਾਂ। ਕਹਿ ਵੀ ਮੈਨੂੰ ਤਾਂ ਰਾਜਪੁਰਾ ਛੱਡਿਆ ਮੈਨੂੰ, ਠੀਕ ਹੈ ਕੋਈ ਨੀ ਮੈਂ ਰਾਜਪੁਰੇ ਛੱਡਤੀ ਜੀ। ਉਹ ਇਹ ਨੀ ਪਤਾ ਕਿੱਥੇ ਗਈ ਹੈ ਕਿੱਥੇ ਨਹੀਂ ਗਈ, ਮੈਂ ਜਾਂਦਾ ਜੀ ਲੇਟਰ ਗਿਰੇ ਜਾਂਦਾ ਜੀ ਬੈਰੇ ਚ ਉੱਥੇ ਚਲੇ ਗਿਆ ਬਲੂੜੀ, ਤੇ ਹੁਣ ਇਹ ਨੀ ਪਤਾ ਲੱਗ ਰਿਹਾ ਕਿੱਥੇ ਗਈ ਹੈ। ਮੈਂ ਤਾਂ ਇਹ ਕਹਿਣਾ ਵੀ ਨਾ ਉਹਨੇ ਫੋਨ ਕਰਿਆ ਮੈਨੂੰ ਮੁੜ ਕੇ, ਦੇਖੋ ਰਾਜਪੁਰੇ ਚ ਰਹਿ ਰਹੀ ਹੈ ਜਾਂ ਕਿਤੇ ਵੀ ਰਹਿ ਰਹੀ ਹੈ, ਫੋਨ ਤਾਂ ਕਰਨਾ ਚਾਹੀਦਾ ਨਾ ਵੀ ਮੈਂ ਫਲਾਣੀ ਜਗ੍ਹਾ ਰਹਿ ਰਹੀ ਹੈ, ਫੋਨ ਹੀ ਨੀ ਆਇਆ ਜੀ ਉਹਦਾ ਵੀ ਮੈਂ ਇੱਥੇ ਰਹਿ ਰਹੀ ਹੈ ਜਾਂ ਮਤਲਬ ਮੈਨੂੰ ਮਿਲੀ ਨਾ ਤੂੰ ਜਾਂ ਫਿਰ ਕੋਈ ਗੱਲਬਾਤ ਹੈਗੀ ਕੋਈ, ਮੈਂ ਉਹਨੂੰ ਮਾਰਿਆ ਕੁੱਟਿਆ ਹੋਇਆ ਨਾ ਕੁਛ ਨੀ ਉਹਦੀ ਦੱਸ ਕੇ ਗਈ। ਮੈਂ ਮਾਸੀ ਦੇ ਮੁੰਡੇ ਨੂੰ ਵੀ ਕਹਿਤਾ ਇੱਕ ਵਾਰ, ਮੈਂ ਦੇਖੋ ਚਲੋ ਤੁਹਾਡਾ ਹੱਥ ਹੈ ਨਹੀਂ ਹੈਗਾ ਵੀ ਸਾਨੂੰ ਮਤਲਬ ਇੱਕ ਵਾਰ ਮਿਲਾ ਤਾਂ ਦੇ ਵੀ ਹਾਂ, ਉਹਦੇ ਰਹਿ ਉਸੀ ਕੇ ਪਾਸ ਰਹੀ ਹੈ ਜੀ। ਦੇਖੋ ਉਹਦੇ ਨਾਲ ਹੀ ਗੱਲਾਂ ਕਰਦੀ ਸੀ ਫੋਨ ਤੇ ਜੀ ਪਹਿਲਾਂ, ਮਤਲਬ ਮੇਰੇ ਉਸ ਕੋਲ ਸਾਲੀ ਕੋਲ ਰਹਿ ਰਹੀ ਸੀ ਪਹਿਲਾਂ 2 ਮਹੀਨੇ ਸਾਲੀ ਕੋਲ ਲਾ ਕੇ ਆਈ ਹੋਈ ਹੈ। ਮੇਰੀ ਸਾਲੀ ਨੇ ਮੈਨੂੰ ਦੱਸਿਆ ਕਹਿੰਦੇ ਵੀ ਉਹ ਫੋਨ ਉਸਕੇ ਪਾਸ ਹੈ ਵੀ ਉਹ ਬਲਜੀਤ ਦਾ ਫੋਨ ਆਉਂਦਾ ਸੀ ਹਰ ਟਾਈਮ ਉਸਕੇ ਕੋਲ, ਮੇਰਾ ਫੋਨ ਵੀ ਤਾਂ ਬਲੈਂਕ ਲਿਸਟ ਮੈਂ ਦੇ ਦਿੱਤਾ ਜੀ ਮੇਰੇ ਆਪਣੇ ਘਰਦਿਆਂ ਦਾ ਮਤਲਬ ਉਹਦੇ ਘਰਦਿਆਂ ਦੇ ਸਾਰੇ ਮੇਰੇ ਰਿਸ਼ਤੇਦਾਰਾਂ ਦਾ, ਸਿਰਫ ਤੁਸੀਂ ਨਾਲ ਫੋਨ ਕਰ ਦੀਜੀ ਹੋਰ ਕਿਸੇ ਨਾਲ ਨਹੀਂ, ਕੁਛ ਵੀ ਗੱਲ ਦਾ ਪਤਾ ਨੀ ਲੱਗ ਰਿਹਾ ਵੀ ਕਿਆ ਗੱਲ ਹੈ ਕਿਆ ਨਹੀਂ। ਅਸੀਂ ਪੁਲਿਸ ਵਾਲਿਆਂ ਨੂੰ ਵੀ ਦੱਸਤਾ ਮਾਨ ਤੁਸੀਂ ਉਹਨੂੰ ਚੱਕੋ ਵੀ ਤੁਹਾਡੇ ਸਾਹਮਣੇ ਆ ਜਾਏਗੀ ਸੱਚਾਈ ਸਾਰੀ, ਪਰ ਮਤਲਬ ਪੁਲਿਸ ਵਾਲੇ ਚੱਕੇ ਨੀ ਰਹੇ ਉਹਨੂੰ ਜਾਂ ਕਿਆ ਕਾਰਵਾਈ ਹੈ। ਉਹਦਾ ਤਾਇਆ ਜੀ ਉਹ ਹੈਗਾ ਜੀ ਆਪਣਾ SI ਲਟੈਰ ਹੈ ਜੀ, ਇਹ ਉਸ ਕਰਕੇ ਥੋੜਾ ਕਾਰਵਾਈ ਨੀ ਕਰ ਰਹੇ ਜੀ। SP ਨੂੰ ਮਿਲ ਲਿਆ ਜੀ ਜਾ ਕੇ ਇੱਥੇ ਚੌਂਕੀ, ਜਿੱਦਾਂ ਮੈਂ ਡੇਲੀ ਜਾ ਰਹੇ ਜੀ ਡੇਲੀ ਦਾ ਜੀਣਾ ਜੀ ਮੇਰਾ, ਸਾਨੂੰ ਤਾਂ ਇਨਸਾਨ ਮਿਲਣਾ ਚਾਹੀਦਾ ਨਾ, ਬੱਚਿਆਂ ਨੂੰ ਤਾਂ ਕਾਤਲਾਂ ਦਾ ਹੁਣ ਦੇਖ ਲਓ 7 ਮਹੀਨੇ ਹੋ ਗਏ ਜੀ। ਇਹ ਵੀ ਹੋ ਸਕਦਾ ਜਾਂ ਤਾਂ ਮੇਰੇ ਬੱਚਿਆਂ ਨੇ ਉਹਨਾਂ ਨੂੰ ਦੇਖ ਲਿਆ ਦੋਨਾਂ ਨੂੰ ਕਿਤੇ, ਠੀਕ ਹੈ ਨਾ, ਜਾਂ ਫਿਰ ਕੋਈ ਮਤਲਬ ਕੋਈ ਹੋਰ ਗੱਲਬਾਤ ਹੈ ਜੀ। ਇਹ ਤਾਂ ਪਿਛਲੀ ਗੱਲ ਦਾ ਪਤਾ ਨਾ ਲੱਗ, ਪੁਲਿਸ ਵਾਲੇ ਹੀ ਦੱਸਿਆ ਕਰਨਾ ਇਹ ਤਾਂ ਹੁਣ ਜੀ, ਵੀ ਆਪਾਂ ਤਾਂ ਚਲੋ ਸੋਚੀ ਜਾ ਰਹੇ ਮਨ ਚ ਵੀ ਕਿਆ ਧਿਆਨ ਜੀ। ਹੁਣ 7 ਮਹੀਨੇ ਹੋ ਗਏ ਜੀ, ਦੇਖੋ 22 ਜੁਲਾਈ ਦੀ ਗੱਲ ਹੈ ਜੀ, ਕੁਛ ਨੀ ਪਤਾ ਲੱਗ ਰਿਹਾ ਵੀ ਕਿਆ ਮਤਲਬ ਗੱਲ ਹੈ ਜੀ ਕਿਆ ਨਹੀਂ। ਚਲੋ ਆਪਾਂ ਕਹਿੰਦੇ ਹਾਂ ਵੀ ਮਾਂ ਇੱਕ ਬੱਚੇ ਨੂੰ ਨੀ ਮਨਾ ਸਕਦੀ ਵੀ ਕਹਿੰਦੇ ਹੈ, ਪਰ ਉਹ ਡਰਦੀ ਫਿਰ ਰਹੀ ਹੈ ਕਾਸ ਤੋਂ ਜੀ, ਕੋਈ ਗੱਲ ਤਾਂ ਦੱਸੇ ਨਾ ਵੀ ਹਾਂ ਇਹ ਗੱਲ ਹੈ ਜੀ। ਦੇਖੋ ਮੈਂ ਹੁਣ ਚੋਰ ਨੀ ਹੈਗਾ, ਮੈਂ ਸਰੇਆਮ ਘਰ ਬੈਠਾ ਨਾ ਆਪਣੀ, ਠੀਕ ਹੈ ਨਾ, ਮੈਨੂੰ ਮੈਂ ਕਹਿ ਰਿਹਾ ਮੇਰੇ ਤੇ ਕਾਰਵਾਈ ਮੇਰੇ ਤੇ ਸ਼ੁਰੂ ਕਰ ਲਿਓ, ਜੋ ਕਾਰਵਾਈ ਕਰਨੀ ਹੈ ਤੁਸੀਂ ਮੇਰੇ ਤੇ ਕਰੋ ਸ਼ੁਰੂ। ਮੈਂ ਸੱਚਾ
ਮੈਨੂੰ ਪਤਾ ਮੈਂ ਬੱਚੇ ਨੂੰ ਕਿੰਨਾ ਪਿਆਰ ਕਰਦਾ ਸੀ। ਅੱਜ ਮੈਨੂੰ ਵੀ 7 ਦਿਨ ਹੋ ਗਏ ਉਹ ਪੀ ਨਾ ਖਾ ਰਿਹਾ, 7 ਦਿਨ ਹੋ ਗਏ ਮੈਨੂੰ, ਮਤਲਬ ਨਿਆਣੇ ਕਹਿੰਦੇ ਨੀ ਮੈਨੂੰ ਦੁੱਖ ਲੱਗਿਆ ਨਾ ਜਿੰਨਾ ਮੈਨੂੰ ਘਰ ਵਾਲੀ ਦਾ ਦੁੱਖ ਲੱਗਿਆ। ਦੇਖੋ ਇੱਕ ਮਤਲਬ ਮੈਨੂੰ ਜੀਵਨ ਸਾਥੀ ਹੈ ਮੇਰਾ ਉਹ ਵੀ ਛੱਡ ਕੇ ਚਲੇ ਗਿਆ, ਮੇਰੇ ਨਿਆਣੇ ਛੱਡ ਮੈਨੂੰ ਚਲੇ ਗਏ ਹੈ, ਮੇਰਾ ਮਤਲਬ ਰਹਿ ਕੇ ਆ ਗਿਆ ਮੇਰਾ ਇੱਥੇ ਕੁਛ ਵੀ ਨਹੀਂ। ਦਵਾਈ ਮੇਰੀ ਉਹ ਚੱਲ ਰਹੀ ਹੈ ਹਾਂਜੀ, ਤੈਨੂੰ ਪਤਾ ਹੈ ਮੈਂ ਮਤਲਬ ਬਾਲ ਮੇਰੇ ਲੀ ਕਹੀ, ਮਤਲਬ ਨਾ ਜੀਣੇ ਮੈਂ ਨਾ ਮਰਨੇ ਮੈਂ ਜੀ, ਮੈਂ ਤਾਂ 2 ਵਾਰ ਨਹਿਰ ਤੇ ਜਾਗ ਚੁੱਕਿਆ, ਪਰ ਨਹਿਰ ਤੋਂ ਫਿਰ ਮੇਰੇ ਨਿਆਣੇ ਮੋੜਦੇ ਨੇ ਮੈਨੂੰ ਜੀ, ਜੇ ਡੈਡੀ ਤੂੰ ਮਰ ਗਿਆ ਮੇਰਾ ਕੇਸ ਬੰਦ ਹੋ ਜਾਏਗਾ। ਛੋਟੇ ਛੋਟੇ ਤੁਹਾਡੇ ਵੀ ਚਲੋ ਬੱਚੇ ਹੋਣੇ ਜੀ, ਇਨਸਾਫ਼ ਨਾਲ ਮਿਲਣਾ ਚਾਹੀਦਾ ਨਾ ਉਹਨੂੰ, ਬੱਚਿਆਂ ਨੂੰ ਵਿਚਾਰੇ ਨੂੰ ਖਿਆਲ ਹੀ ਹੈ ਕਿਸੇ ਨੇ ਹਾਂਜੀ। ਇਸ ਲਈ ਕਹਿ ਰਹੇ ਵੀ ਪੁਲਿਸ ਵਾਲੇ ਨੂੰ ਵੀ ਤੁਸੀਂ ਲੱਭੋ ਤਾਂ ਸਹੀ ਨਾ ਵੀ ਕਿੱਥੇ ਰਹਿ ਰਹੀ ਆ ਉਹ, ਤੁਸੀਂ ਲੱਭ ਕੇ ਸਾਨੂੰ ਵੀ ਨਾ ਦੱਸੋ, ਕੋਈ ਬਾਤ ਨੀ ਤੁਸੀਂ ਆਪਣਾ ਰੱਖੋ, ਜਦ ਲਾਈਫ ਟੈਸਟ ਹੋਣਾ ਤੁਸੀਂ ਲੈ ਜਾਓ। ਕੱਲ ਨੂੰ ਦੇਖੋ ਇੱਕ ਹੈ ਬੱਚਿਆਂ ਦਾ ਕਰਿਆ, ਘਰ ਵਾਲੀ ਦਾ ਤਾਂ ਮਾਰਨਾ ਸੌਖਾ ਕੰਮ ਹੈ ਜੀ, ਉਹ ਯਾਰ ਪਤਾ ਨੀ ਲੱਗ ਰਿਹਾ ਵੀ ਕੁਛ ਵੀ ਸਾਡਾ ਧਿਆਨ ਬਣ ਰਿਹਾ ਕਿ ਨਹੀਂ।